ਅਸਲਾਮੁਅਲੈਕੁਮ ਭਾਈ ਜਾਨ। ਭਾਈ ਜਾਨ, ਅੱਜ ਦਾ ਮੇਰਾ ਪੈਗਾਮ ਜ਼ਿੰਦਗੀ ਦੇ ਹਰ ਸ਼ੋਭੇ ਨਾਲ ਤਲਕ ਰੱਖਣ ਵਾਲੇ ਬੰਦੇ ਵਾਸਤੇ, ਸਪੈਸ਼ਲੀ ਉਹਨਾਂ ਬੰਦਿਆਂ ਵਾਸਤੇ ਹੈ ਜਿਹੜੇ ਕਿਸੇ ਵੱਡੇ ਅਹੁਦਿਆਂ 'ਤੇ ਬੈਠੇ ਨੇ, ਮੁਲਾਜ਼ਮ ਨੇ, ਆਫੀਸਰ ਨੇ, ਜਾਗੀਰਦਾਰ ਨੇ, ਸਿਆਸਤਦਾਨ ਨੇ, ਵਜ਼ੀਰ ਨੇ, ਮੁਸ਼ੀਰ ਨੇ, ਸਦਰ ਨੇ। ਆ ਤੁਸੀਂ ਆ ਲੈਵਿਸ਼ ਖਾਣੇ ਖਾਣ ਵਾਸਤੇ ਸਰਕਾਰ ਹੈ, ਅਤੇ ਵੱਡੀਆਂ ਏਸੀ ਗੱਡੀਆਂ ਜੁੱਟਣ ਵਾਸਤੇ ਸਰਕਾਰ, ਅਤੇ ਬ੍ਰੈਂਡਡ ਪਾਉਣ ਵਾਸਤੇ ਸਰਕਾਰ। ਆ ਜਿਹੜਾ ਇਮਾਨ ਨੂੰ ਕੈਂਤੀ ਫੇਰਦੇ ਹੋ, ਸ਼ਾਰਟਕੱਟ ਖੇਡਦੇ ਹੋ, ਅਤੇ ਦੋ ਨੰਬਰੀ ਕਰਦੇ ਹੋ, ਵੀ ਦੋ ਨੰਬਰੀ ਕਰਕੇ ਬ੍ਰੈਂਡਡ ਚੀਜ਼ਾਂ ਪਾ ਕੇ ਲੈਵਿਸ਼ ਹੋਟਲਾਂ 'ਚ ਖਾਣੇ ਖਾ ਕੇ ਅਤੇ ਸੋਹਣੀਆਂ ਗੱਡੀਆਂ ਜੁੱਟ ਕੇ ਸ਼ਰੀਕਾਂ ਨੂੰ ਸਾੜਾਂਗੇ। ਅਤੇ ਜੇ ਵੀਰ ਜੀ ਇੱਥੇ ਆ ਕੇ ਆਪ ਨੂੰ ਸੜਨਾ ਪੈ ਗਿਆ ਨਾ, ਅਤੇ ਹਮੇਸ਼ਾ ਹਮੇਸ਼ਾ ਦਾ ਸੜਨਾ ਹੈ। ਇਹ ਵਹਿੰਦੇ ਪੈ ਜੇ ਢੇਰੀ, ਇਹ ਆਮ ਢੇਰੀ ਨਹੀਂ ਜੇ, ਇਹ ਯਾ ਤਾਂ ਜੰਨਤ ਦੇ ਬਾਗਾਂ 'ਚੋਂ ਇੱਕ ਬਾਗ ਜੇ, ਜਾਂ ਜਹੰਨਮ ਦੇ ਗੜਿਆਂ 'ਚੋਂ ਇੱਕ ਗੜਾ ਜੇ। ਜਾਜ ਸਾਹਿਬ, ਇਹ ਤੁਹਾਡੇ ਨਾਲ ਵੀ ਮੈਂ ਗੱਲ ਕਰ ਰਿਹਾ ਸਰਕਾਰ, ਬੜੇ ਵੱਡੇ ਵੱਡੇ ਏਸੀ ਰੂਮ ਨੇ ਤੁਹਾਡੇ, ਏਸੀ ਗੱਡੀਆਂ ਜਨਾਬ, ਫੁੱਲ ਪ੍ਰੋਟੋਕੋਲ ਜਨਾਬ, ਸਾਰੀ ਦੁਨੀਆ ਤੁਹਾਡੇ ਅੱਗੇ ਝੁਕਦੀ ਹੈ। ਤੁਹਾਡਾ ਇੱਕ ਹੁਕਮ ਹੋਵੇ ਤਾਂ ਸਰਕਾਰ ਆਰ ਪਾਰ ਹੋ ਜਾਂਦਾ, ਜਿਹਨੂੰ ਜੀ ਕਰੇ ਤੁਸੀਂ ਛੱਡ ਦਿਓ, ਜਿਹਨੂੰ ਜੀ ਕਰੇ ਤੁਸੀਂ ਫਾਹੇ ਲਾ ਦਿਓ, ਅਤੇ ਜੇ ਉੱਥੇ ਸਰਕਾਰ ਡੰਡੀ ਮਾਰ ਲਓਗੇ ਨਾ, ਤਾਂ ਵਕਤੀ ਡੰਡੀ ਹੈ, ਜੇ ਉੱਥੇ ਡੰਡੀ ਮਾਰੋਗੇ ਤਾਂ ਇੱਥੇ ਡੰਡੇ ਪੈਣਗੇ, ਸਰਕਾਰ ਡੰਡੇ ਪੈਣਗੇ। ਵਜ਼ੀਰੋ, ਮਸ਼ੀਰੋ, ਉਹ ਹਕੂਮਤਾਂ ਕਰਨ ਵਾਲਿਓ, ਇਹ ਤੁਹਾਡੀਆਂ ਹਕੂਮਤਾਂ ਆਰਜ਼ੀ ਨੇ। ਹਕੂਮਤ ਉਸ ਰੱਬ ਦੀ ਹੈ ਜਿਹੜੀ ਹਮੇਸ਼ਾ ਹਮੇਸ਼ਾ ਦੀ ਹਕੂਮਤ ਹੈ, ਉਸ ਬਾਦਸ਼ਾਹ ਦਾ ਜਿਸਲੇ ਹੁਕਮ ਆਉਣਾ ਤਾਂ ਤੁਹਾਡੀ ਜ਼ਿੰਦਗੀ ਦੀ ਤਾਰਾਂ 'ਚ ਕੱਟੀ ਜਾਣੀ ਹੈ, ਅਤੇ ਆਉਣਾ ਇੱਥੇ ਹੀ ਹੈ। ਇਹ ਸੌੜੀ ਜਿਹੀ ਜਗ੍ਹਾ, ਨਾ ਇਹਦੇ 'ਚ ਏਸੀ ਹੈ ਜਨਾਬ, ਹੈਂ, ਨਾ ਇਹਦੇ 'ਚ ਕੋਈ ਗੱਦੇ ਲੱਗੇ ਹੋਏ ਨੇ, ਨਾ ਕੋਈ ਸ਼ਨੀਲ ਦੇ ਬਿਸਤਰੇ ਨੇ। ਸਰਕਾਰ ਤੁਹਾਡੇ ਅਮਾਲ ਨੇ ਇਹਨੂੰ ਬਿਹਤਰ ਬਣਾਉਣਾ ਹੈ। ਇੱਥੇ ਵਿਖਾਓ ਖਾਂ, ਕੋਈ ਉਲਾਦ ਉੱਤੇ ਖੜੀ ਹੈ, ਨਾਲ ਉਲਾਦ ਆਈ ਹੈ ਜਿੰਦੀ ਖਾਤਰ ਕਰਦੇ ਹੋ, ਜਿਹੜੀ ਤੁਹਾਨੂੰ ਬੜੀ ਪਿਆਰੀ ਹੈ, ਵੀ ਤੁਹਾਨੂੰ ਆਦੀ ਉਲਾਦ ਇੰਨੀ ਪਿਆਰੀ ਹੁੰਦੀ ਵੀ ਗਰੀਬ ਦੀ ਉਲਾਦ ਨਹੀਂ ਨਿਗੇ ਆਉਂਦੀ, ਹਾਜਤਮੰਦ ਦੀ ਉਲਾਦ ਨਹੀਂ ਨਿਗੇ ਆਉਂਦੀ, ਜਿਹੜਾ ਸਵਾਲੀ ਬਣ ਕੇ ਤੁਹਾਡੇ ਕੋਲ ਆਇਆ ਖੜਾ ਉਹਦੀ ਉਲਾਦ ਤੁਹਾਨੂੰ ਨਿਗੇ ਨਹੀਂ ਆਉਂਦੀ, ਤੁਸੀਂ ਕੈਂਚੀ ਫੇਰ ਕੇ ਆਦੀ ਉਲਾਦ ਦੀਆਂ ਪ੍ਰੋਪਰਟੀਆਂ ਬਣਾਉਂਦੇ ਹੋ ਮੁਲਕ 'ਚ ਵੀ ਅਤੇ ਬਾਹਰਲੇ ਮੁਲਕਾਂ 'ਚ ਵੀ, ਇੱਥੇ ਕੋਈ ਹੈ ਉਲਾਦ ਨਾਲ? ਸਰਕਾਰ ਕਲਿਆਣ ਹੈ ਡਾਕਟਰ ਸਾਹਿਬ, ਹੈਂਜੀ, ਨਾਰਮਲ ਡਿਲੀਵਰੀ ਹੋਵੇ ਤਾਂ ਓਪਰੇਸ਼ਨ ਕਰਕੇ ਪਰਾਂ ਰੱਖ ਦਿੰਦੇ ਹੋ, ਵੀ ਰੁਪਈਆ ਕੋਈ 25-30 ਹਜ਼ਾਰ ਬਣ ਜਾਵੇ, ਮਸ਼ਵਰਾ ਜੀ ਗਲਤ ਦੇਣਾ ਹੈ। ਡਾਕਟਰ ਸਾਹਿਬ ਇੱਥੇ ਆ, ਉੱਥੇ ਤਾਂ ਏਸੀ ਕਮਰੇ 'ਚ ਬੈਠ ਕੇ ਤੁਸੀਂ ਆਰਾਮ ਨਾਲ ਟ੍ਰੀਟਮੈਂਟਾਂ ਕਰ ਰਹੇ ਹੋ, ਰੁਪੈੜ ਜੋੜ ਰਹੇ ਹੋ, ਲੇਕਿਨ ਆਉਣਾ ਇੱਥੇ ਹੀ, ਹੱਥ ਇੱਥੇ ਹੀ ਹੈ। ਇਹ ਖੁਦਾ ਦਾ ਵਾਸਤਾ ਜੇ, ਖੁਦਾ ਦਾ ਵਾਸਤਾ ਜੇ, ਜ਼ਿੰਦਗੀ ਦੇ ਕਿਸੇ ਵੀ ਸ਼ੋਭੇ ਨਾਲ ਤਾਲਕ ਰੱਖਦੇ ਉਹਨਾਂ 'ਤੇ ਮੈਂ ਇੱਕ ਦੋ ਮਿਸਾਲਾਂ ਦਿੱਤੀਆਂ ਨੇ। ਬੰਦੇ ਅੱਲਾ ਦਿਓ, ਤੁਹਾਨੂੰ ਕੋਈ ਮੁਬੱਲਗ, ਕੋਈ ਵੱਡਾ ਮੌਲਵੀ ਉਹ ਕੁਝ ਨਹੀਂ ਸਮਝਾ ਸਕਦਾ ਜਿਹੜਾ ਇਹ ਕਬਰ ਸਮਝਾ ਸਕਦੀ ਹੈ। ਅਤੇ ਰੱਬ ਦਾ ਵਾਸਤਾ ਜੇ, ਇਸ ਚੀਜ਼ ਨੂੰ ਅੱਗੇ ਰੱਖੋ, ਆਉਣਾ ਇੱਥੇ ਹੀ ਹੈ। ਇਹਨੂੰ ਜੰਨਤ ਦੇ ਬਾਗਾਂ 'ਚੋਂ ਬਾਗ ਬਣਾਓ ਭਾਇਆ ਜੀ, ਦੋਜ਼ਖ ਦੇ ਗੜਿਆਂ 'ਚੋਂ ਗੜਾ ਨਾ ਬਣਾਓ। ਉਹ ਨਾ ਹੋਵੇ ਸ਼ਰੀਕਾਂ ਨੂੰ ਵਿਖਾਉਣ ਲਈ, ਅਤੇ ਸ਼ਰੀਕਾਂ ਨੂੰ ਸਾੜਦੇ ਸਾੜਦੇ ਤੁਸੀਂ ਇੱਥੇ ਆਪ ਸੜੇ ਪਏ। ਵਸਲਾਮ।